ਗੱਲ ਮੈਂ ਤੇ ਕਮਰੇ ਸਿੱਖਾਂ ਦੀ ਗੱਲ ਕਰ ਰਿਹਾ ਸਭ ਇੰਨੇ ਕਨਫਿਊਜ਼ ਬੰਦੇ ਨੇ ਕਦੀ ਬੀਜੇਪੀ ਆ ਤੋਂ ਕਦੀ ਕਾਂਗਰਸ ਆ ਪ੍ਰੈਕਟੀਕਲੀ ਗਰਾਊਂਡ ਤੇ ਦੱਸਣ ਜੋ ਕਿਹਦੇ ਨਾਲ ਕਲੀਅਰ ਕੱਟ ਕਰ ਕਿਹਦੇ ਨਾਲ ਪਚੱਤਰਾਂ ਸਾਲਾਂ ਸਿੱਖਾਂ ਦਾ ਨੁਕਸਾਨ ਕਿਹਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਹਨੇ ਗਰਕ ਕੀਤਾ ਮੈਂ ਤਾਂ ਉਹਨਾਂ ਨੂੰ ਕਨਫਿਊਜ਼ ਕਹਿੰਦਾ ਕਿ ਜਿਨ੍ਹਾਂ ਨੇ ਬੇੜਾ ਗਰਕ ਕੀਤਾ ਉਹਨਾਂ ਨੂੰ ਤੁਸੀਂ ਤੁਰੇ ਫਿਰਦੇ ਯਾਰ ਕਦੀ ਮੋਦੀ ਨੂੰ ਭਾਪਾ ਕਹਿਣ ਡਾ ਦਿੰਦੇ ਹੋ ਕਦੀ ਕੈਪਟਨ ਨੂੰ ਕਹਿਣ ਦਿੰਦੇ ਹੋ ਕਦੀ ਰਾਹੁਲ ਗਾਂਧੀ ਨੂੰ ਕਹਿਣ ਡਾ ਦਿੰਦੇ ਉਹ ਤਾਂ ਪਤਾ ਤਾਂ ਦੱਸੋ ਸਾਨੂੰ ਮੈਨੂੰ ਤਾਂ ਇਹ ਲੀਡਰ ਦਾ ਇਹ ਪਤਾ ਲੱਗਾ ਵੀ ਕਹਿੰਦਾ ਕੀ ਕੰਮ ਕੋਈ ਕਰਦਾ ਨਹੀਂ ਔਰ ਠੋਕਰ ਦਾੜੀ ਲੈ ਵਾਲੀ ਠੋਕਰ ਦਾੜੀ ਕੀਤਾ ਕੀ ਯਾਰ ਕੰਮ ਦੱਸਦੇ ਦੀ ਦਾੜੀ ਮਾਰ ਦੀ ਕੰਮ ਵੀ ਦੱਸ ਕੋਈ ਪਿਓ ਦਾ ਪੁੱਤਾ ਵੀ ਕੀਤਾ ਕੀ ਆ ਗੱਲਾਂ ਹੀ ਕਰੀ ਜਾਂਦਾ ਤੈਨੂੰ ਮੁੱਖ ਮੰਤਰੀ ਕਿਹਾ ਬਣਾਉਣਾ ਨਹੀਂ ਪਾਰਟੀ ਦੇ ਵਿੱਚ ਤੁਸੀਂ ਐਮ ਪੀ ਰਹੇ ਤੁਸੀਂ ਮਿਨਿਸਟਰ ਰਹੇ ਅੰਮ੍ਰਿਤਸਰ ਦੇ ਲੋਕਾਂ ਨੇ ਤਿੰਨਾਂ ਦਾ ਤੁਹਾਨੂੰ ਚੁੱਟ ਕੇ ਦਿੱਲੀ ਭੇਜਿਆ ਲੋਕ ਸਭਾ ਦੇ ਮੈਂਬਰ ਰਹੇ ਬਜਾਏ ਇਹਦੇ ਸਰ ਕਿ ਮੈਂ ਗੱਲਾਂ ਕਰਾਂ ਮੈਂ ਕੁਲਦੀਪ ਧਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ ਪੌਣੇ 2 ਸਾਲ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਕੈਬਨਿਟ ਦੇ ਵਿੱਚ ਜਿਹੜੇ ਮੈਨੂੰ ਕੰਮ ਦਿੱਤੇ ਮੈਂ ਕੀਤੇ ਕਿ ਨਹੀਂ ਕੀਤੇ ਸਿੱਧੂ ਸਾਹਿਬ ਆਪਣੇ ਕੰਮ ਦੱਸਣ ਸਰ ਥੁੱਕ ਦਾ ਵੜੇ ਦਾ ਪੌਣ ਪੰਜਾਬ 'ਚ ਥੁੱਕ ਦਾ ਵੜੇ ਨਹੀਂ ਪੱਕਦਾ ਗੱਲਾਂ ਦਾ ਨਹੀਂ ਗੱਲਾਂ ਗੁੱਲਾਂ ਬਹੁਤ ਹੋ ਗਈਆਂ ਇੱਥੇ ਪ੍ਰੈਕਟੀਕਲੀ ਗਰਾਊਂਡ ਤੇ ਦੱਸਣ ਜੋ ਕਿਹਦੇ ਨਾਲ ਨੇ ਕਲੀਅਰ ਕੱਟ ਕਰਨ ਕਿਹਦੇ ਨਾਲ ਸਾਰਾ ਉਹ ਕੱਲ੍ਹ ਮੈਂ ਦੇਖਿਆ ਬੜੀ ਸਿੱਖਾਂ ਦੀ ਗੱਲ ਕਰ ਰਹੇ ਸਾਰਾ ਇੰਨੇ ਕਨਫਿਊਜ਼ ਬੰਦੇ ਨੇ ਕਦੀ ਬੀਜੇਪੀ ਆ ਕਦੀ ਕਾਂਗਰਸ ਆ 75 ਸਾਲਾਂ ਸਿੱਖਾਂ ਦਾ ਨੁਕਸਾਨ ਕਿਹਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਹਨੇ ਗਰਕ ਕੀਤਾ ਮੈਂ ਤਾਂ ਉਹਨਾਂ ਨੂੰ ਕਨਫਿਊਜ਼ ਕਹਿੰਦਾ ਕਿ ਜਿਨ੍ਹਾਂ ਨੇ ਬੇੜਾ ਗਰਕ ਕੀਤਾ ਉਹਨਾਂ ਨੂੰ ਤੁਸੀਂ ਤੁਰੇ ਫਿਰਦੇ ਯਾਰ ਕਦੀ ਮੋਦੀ ਨੂੰ ਭਾਪਾ ਕਹਿਣ ਡਾ ਦਿੰਦੇ ਹੋ ਕਦੀ ਕੈਪਟਨ ਨੂੰ ਕਹਿਣ ਦਿੰਦੇ ਹੋ ਰਾਹੁਲ ਗਾਂਧੀ ਨੂੰ ਕਹਿਣ ਡਾ ਦਿੰਦੇ ਉਹ ਤਾਂ ਪਤਾ ਤਾਂ ਦੱਸੋ ਸਾਨੂੰ ਮੈਨੂੰ ਤਾਂ ਇਹ ਲੀਡਰ ਦਾ ਇਹ ਪਤਾ ਲੱਗਾ ਵੀ ਕਹਿੰਦਾ ਕੀ ਹੈ ਇਹ ਕਰਨਾ ਕੀ ਚਾਹੁੰਦਾ ਇਹਦਾ ਏਜੰਡਾ ਕੀ ਹੈ ਨਾ ਕਾਂਗਰਸੀਆਂ ਨੂੰ ਪਤਾ ਵੀ ਇਹਦਾ ਏਜੰਡਾ ਕੀ ਉਹਨਾਂ ਨੂੰ ਪਤਾ ਵੀ ਇਹ ਜਦੋਂ ਪਿੱਛੇ ਇਲੈਕਸ਼ਨ ਸੀ ਉਦੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕਨਫਿਊਜ਼ ਨੇ ਆਪਣੀ ਜ਼ਿੰਦਗੀ 'ਚ ਪਹਿਲਾਂ ਤਾਂ ਖੁਦ ਉਹ ਕਲੀਅਰ ਹੋ ਗਈ ਅਤੇ ਦੂਜਾ ਦੱਸਣ ਵੀ ਲਾਲਾ ਕਿਹਦੇ ਨਾਲ ਹੁੰਦਾ ਜੋ ਕਾਰ ਹੋਈ ਹੈ ਉਹਨਾਂ ਬੜੇ ਬੜੇ ਵੱਡੇ ਮੌਕੇ ਮਿਲੇ ਸਰ ਤਿੰਨਾਂ ਦਾ ਮੈਂ ਅੰਮ੍ਰਿਤਸਰੀਆਂ ਨੇ ਚੁਣ ਕੇ ਬੀਜੇਪੀ ਦੇ ਝੰਡੇ ਤੋਂ ਉਹਨਾਂ ਨੂੰ ਭੇਜਿਆ ਜਿਹੜੇ ਬੰਦੇ ਨੇ ਕੀਤਾ ਕੋਈ ਨਹੀਂ ਕਦੀ ਕਿਤੋਂ ਲੜ ਕੇ ਆ ਜਾਂਦਾ ਕਦੀ ਕਿਤੋਂ ਲੜ ਕੇ ਆ ਜਾਂਦਾ ਕਿੱਡਾ ਵੱਡਾ ਮਹਿਕਮਾ ਸੀਗਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਲੋਕਲ ਬਾਡੀ ਦਾ ਹੀ ਫਿਰ ਪਾਵਰ ਦਾ ਮਹਿਕਮਾ ਸੀਗਾ ਕੀ ਕੀਤਾ ਜੀ ਦੱਸੋ ਕੰਮ ਕੋਈ ਕਰਦਾ ਨਹੀਂ ਔਰ ਠੋਕਰ ਦਾੜੀ ਲੈ ਵਾਲੀ ਠੋਕਰ ਦਾੜੀ ਕੀਤਾ ਕੀ ਯਾਰ ਕੰਮ ਦੱਸਦੇ ਦੀ ਦਾੜੀ ਮਾਰ ਗਈ ਦੱਸਦਾ ਇੱਕ ਦੇ ਹੱਥ ਮਾਰ ਕੇ ਵੀ ਮੈਂ ਆਹ ਕੰਮ ਕੀਤਾ ਜੀ ਪੰਜਾਬ ਲਈ ਲੈ ਹੀ ਦਾੜੀ ਮਾਰਦਾ ਨੀ ਕੰਮ ਵੀ ਦੱਸ ਕੋਈ ਪਿਓ ਦਾ ਪੁੱਤਾ ਵੀ ਕੀਤਾ ਕੀ ਆ ਗੱਲਾਂ ਹੀ ਕਰੀ ਜਾਂਦਾ ਤੈਨੂੰ ਮੁੱਖ ਮੰਤਰੀ ਕਿਹਾ ਬਣਾਉਣਾ ਨੀ ਤੁਰਿਆ ਦੇਖ ਕੰਮ ਨੀ ਫਿਰਦਾ ਉਹ ਹੈ ਨੀ ਅੱਲੇ ਪੱਲੇ ਕੁਛ ਨੀ ਸਾਰੇ ਲੋਕ ਮੈਂ ਫਿਰ ਸ਼ਬਦ ਯੂਜ਼ ਕਰਨ ਮਾਝੇ 'ਚ ਕਹਿੰਦੇ ਪਤਾ ਦੁਆਬੇ 'ਚ ਕਹਿੰਦੇ ਥੁੱਕ ਦਾ ਬੜੇ ਪਕੌੜੇ ਸਾਡੇ ਮਾਝੇ ਕਹਿੰਦੇ ਰਿਹਾ ਵੀ ਬੰਦਾ ਥੁੱਕ ਦਾ ਬੜੇ ਪਕਾ ਰਿਹਾ ਇੱਦਾਂ ਕਹਿੰਦੇ ਨਾ ਪੰਜਾਬੀ ਕਹਿੰਦੇ ਕਿ ਬੰਦਾ ਥੁੱਕ ਦਾ ਬੜੇ ਪਕਾਉਂਦਾ ਸਿੱਧੂ ਦਾ ਵੀ ਹਾਲ ਆ ਪਹਿਲਾਂ ਤਾਂ ਆਪਣਾ ਰੌਲਾ ਕਲੀਅਰ ਕਰ ਲੈ ਵੀ ਉਹਦਾ ਰੌਲਾ ਕਿਹਦੇ ਨਾਲ ਉਹ ਕਿਹੜੀ ਪਾਰਟੀ 'ਚ ਆ ਸਮਝਿਆ ਕਿਤੇ ਗੱਲ ਉਹ ਪਾਰਟੀ ਕਿਹੜੀ 'ਚ ਆ ਕਿਹਦੇ ਦਾ ਰੌਲਾ ਦੂਜੀ ਗੱਲ ਮੇਰਾ ਸਵਾਲ ਉਹਨਾਂ ਨੂੰ ਇਹ ਆ ਕਿ ਪਿਛਲੇ 50 ਸਾਲਾਂ 'ਚ ਪੰਜਾਬ ਦਾ ਬੇੜਾ ਕਿਹਨੇ ਗਰਕ ਕੀਤਾ ਪਹਿਲਾਂ ਇਹ ਕਲੀਅਰ ਕਰਨ ਸਿੱਧੂ ਸਾਹਿਬ